सारा ही रस खा ले बंदा एक अद्धा तो रख दे देखा देखा जवान लाई जाती है मतलब यही है ना कौन झूठ बोलता जी सत श्री अकाल सारयां नूं ते स्वागत है तुहाडा साडे अज दे इस नवें ब्लॉग दे विच। अज वी सवेर दे 4 बज गए ते मैं गुरुद्वारे चला चाबियां मैं अज वी लै लईआं भुल्लिआ नहीं पूरे 4 बजे ने हुण ते चलो हुण आपां गुरुद्वारे चलदे आं चलो चलिए चलो आ लाइट दा इही है कम जदां मैं आउणा ना ਉਦਾਂ ਮੈਨੂੰ ਇਦਾਂ ਹੀ ਦੇਖਦਾ ਚਮਾਕੇ ਮਾਰਦੀ ਬਸ ਪਹੁੰਚ ਗਿਆ ਕਿੰਨੀ ਸ਼ਾਂਤੀ ਇੱਥੇ ਇਹਨੇ ਇੱਥੇ ਹੀ ਇਹਨਾਂ ਰੌਲਾ ਪੈਂਦਾ ਹੁੰਦਾ ਇੱਥੇ ਸਾਰਾ ਦਿਨ ਬੈਠੇ ਰਹਿੰਦੇ ਕਦੇ ਕੋਈ ਕਦੇ ਕੋਈ ਤੇ ਯਾਰ ਹੁਣ ਮੈਂ ਪਹੁੰਚ ਗਿਆ ਗੁਰਦੁਆਰੇ ਬਾਕੀ ਨਾ ਮੈਂ ਗੱਲ ਨੋਟਿਸ ਕਰਦਾ ਸੀ ਨੋਟਿਸ ਕਰਦਾ ਹੁੰਦਾ ਜਿੱਦਾਂ ਮੈਂ ਇੱਥੇ ਆਉਣਾ ਜਦੋਂ ਦਾ ਜਿੰਨੇ ਵੀ ਜੱਟ ਆ ਨਾ ਉਹ 5:30 ਵਜੇ ਤੱਕ ਆਪਣੇ ਕੂਹਾਂ ਨੂੰ ਨਿਕਲ ਜਾਂਦੇ ਸਾਰੇ ਹੁਣ ਵੀ ਜਦੋਂ ਮੈਂ ਆਉਣਾ 4 ਵਜੇ ਆ 4:15 ਹੋਏ ਆ ਜਾਨੀ ਕਿੰਨੇ ਜਾਣੇ ਲੰਘ ਜਾਂਦੇ ਆ ਕਹਿਣਾ ਸੌਖਾ ਹੈ ਨਾ ਇਦਾਂ ਦੇ ਕੰਮ ਕਰਨੇ ਖੇਤੀਬਾੜੀ ਜਾਂ ਪਸ਼ੂ ਵਾਲੇ ਪਰ ਕੇਅਰ ਵੀ ਬਹੁਤ ਕਰਨੀ ਪੈਂਦੀ ਤੇ ਹੁਣ ਜਿੱਦਾਂ ਮੈਂ ਬਲੌਗ ਸ਼ੂਟ ਕਰਦਾ ਪਿਆ ਨਾ ਤਾਂ ਸਵੇਰੇ ਸਵੇਰੇ ਹੁੰਦਾ ਨਾ ਫੇਸ ਥੋੜ੍ਹਾ ਹੋਇਆ ਹੁੰਦਾ ਜਿੱਦਾਂ ਸੁੱਜਿਆ ਜਿਹਾ ਹੁੰਦਾ ਮੈਂ ਵੀ ਜਦੋਂ ਆਪਣੀ ਵੀਡੀਓਜ਼ ਐਡਿਟ ਕਰਦਾ ਹੁੰਦਾ ਨਾ ਆ ਸਵੇਰ ਵਾਲਾ ਪਾਰਟ ਖਾਸ ਕਰਕੇ ਮੈਨੂੰ ਆਪਣਾ ਮੂੰਹ ਬੜਾ ਅਜੀਬ ਜਿਹਾ ਲੱਗਦਾ ਰਹਿੰਦਾ ਸਵੇਰੇ ਸਵੇਰੇ ਕਰਕੇ ਨਾ ਦੇਖੋ ਅੱਜ ਸਾਰੇ ਦਿਨ 'ਚ ਆਪਾਂ ਕੀ ਕਰਦੇ ਹਾਂ ਹੁਣ ਆ ਗਿਆ ਮੈਂ ਘਰੇ ਨੀਂਦ ਬਹੁਤੀ ਆਈ ਆ ਪਿੱਠ ਵੀ ਦੁਖਦੀ ਪਤਾ ਨਹੀਂ ਕਦ ਦੁਖੀ ਜਾਂਦੀ ਹੈ ਇੱਕਦਮ ਨਾ ਉੱਥੇ ਮੈਂ ਇੱਦਾਂ ਮੱਥਾ ਟਿਕਣ ਲੱਗਾ ਇੱਦਾਂ ਕਰੰਟ ਜਿਹਾ ਫਿਰਿਆ ਬੜਾ ਔਖਾ ਹੈਂਡਲ ਕੀਤਾ ਮੈਂ ਚਲੋ ਹੁਣ ਮੈਂ ਘਰੇ ਪਹੁੰਚ ਗਿਆ ਹਾਂ ਫਿਲਹਾਲ ਆਪਾਂ ਸੋਈਏ ਅੱਗੇ ਜੋ ਵੀ ਪਲੈਨ ਹੋਊਗਾ ਉਹ ਤਾਂ ਤੁਸੀਂ ਦੇਖ ਹੀ ਲੈਣਾ ਨਾ ਚਲੋ ਹੈਲੋ ਸਤਿ ਸ਼੍ਰੀ ਅਕਾਲ ਤੇ ਕਿਵੇਂ ਹੋ ਤੁਸੀਂ ਸਾਰੇ ਜਾਣੇ ਦਿਨ ਚੜ ਗਿਆ ਤਕਰੀਬਨ 10 ਵਜ ਗਏ ਆ ਉੱਠਿਆ ਤਾਂ ਮੈਂ ਕਦੋਂ ਦਾ ਮੇਰਾ ਸਿਰ ਬਹੁਤ ਦੁਖਦਾ ਸੀਗਾ ਉਦੋਂ ਮੈਂ ਆ ਕੇ ਸੌਂ ਗਿਆ ਸੀਗਾ ਹੁਣ ਮੈਂ ਤਿਆਰ ਸ਼ਿਆਰ ਹੋ ਕੇ ਚਲੋ ਠੀਕ ਆ ਹੁਣ ਆਪਾਂ ਬਲੌਗ ਨੂੰ ਕੈਰੀ ਔਨ ਕਰਦੇ ਹਾਂ ਬਾਕੀ ਦੀ ਇੰਡੀਅਨ ਗੈਸ ਦੀ ਗੱਡੀ ਆ ਜਾਣੀ ਆ ਬਾਹਰ ਮੰਮੀ ਖੜੇ ਆ ਮੈਂ ਸਿਲੰਡਰ ਉਹਨਾਂ ਨੂੰ ਦੇਖ ਕੇ ਆਉਣਾ ਤੇ ਇੱਕ ਪਰਸੋਂ ਭਰਾਇਆ ਇੰਡੀਅਨ ਵਾਲਾ ਤੇ ਉਹ ਇਕੱਠੇ ਦਿੰਦੇ ਨਹੀਂ ਪੈਸੇ ਉਸ ਦਿਨ ਤੇ ਇੱਕ ਅੱਜ ਆਪਾਂ ਭਰਾਵਾਂਗੇ ਤੇ ਹੁਣ ਮੈਂ ਸਿਲੰਡਰ ਪਹਿਲਾਂ ਤਾਂ ਛੱਡ ਕੇ ਆਵਾਂ ਬਾੜ ਚਲੋ ਹੁਣ ਸਿਲੰਡਰ ਰੱਖਿਆ ਜੀ ਪਹਿਲਾਂ ਤਾਂ ਬਾਹਰ ਬਸ ਜਾਵਾਂ ਸਿਲੰਡਰ ਰੱਖਦਾ ਮੰਮੀ ਬੈਠੇ ਆ ਬਾਹਰ ਗੱਡੀ ਬਸ ਆਉਣੇ ਵਾਲੀ ਆ 20 ਮਿੰਟਾਂ ਤੱਕ ਚਲੋ ਭਰ ਜੂਗਾ ਅੱਜ ਤੇ ਹੁਣ ਯਾਰ ਮੈਂ ਆਇਆ ਸੀਗਾ ਪੰਪ ਤੇ ਅੰਕਲ ਜੀ ਦਾ ਫੋਨ ਆਇਆ ਸੀਗਾ ਮਾੜਾ ਜਿਹਾ ਕੰਮ ਸੀਗਾ ਉਹ ਕਰਨਾ ਸੀਗਾ ਬਾਕੀ ਮੇਰੀ ਇੱਥੇ ਇੱਕ ਨੋਟਬੁੱਕ ਰਹਿੰਦੀ ਸੀ ਤੇ ਉਹ ਮੈਂ ਲੈਣ ਆ ਗਿਆ ਸੀਗਾ ਮੈਂ ਕਿਹਾ ਚਲ ਉੱਥੇ ਜਾ ਕੇ ਕੰਮ ਕਰ ਦੇਣਾ ਹੁਣ ਮੈਂ ਫ੍ਰੀ ਹੋ ਗਿਆ ਬਸ ਹੁਣ ਮੈਂ ਘਰ ਚੱਲਾਂ ਆ ਪਹਿਲਾਂ ਸਾਡਾ ਪਲਾਨ ਸੀਗਾ ਕਿਤੇ ਜਾਣ ਦਾ ਕੁਛ ਕਾਰਨਾਂ ਕਰਕੇ ਉਹ ਪਲਾਨ ਕੈਂਸਲ ਹੋ ਗਿਆ ਹੁਣ ਦੇਖਦੇ ਘਰੇ ਪਹਿਲਾਂ ਜਾ ਕੇ ਮੈਂ ਪ੍ਰਸ਼ਾਦਾ ਛਕਣਾ ਰੋਟੀ ਖਾਣੀ ਆ ਭੁੱਖ ਲੱਗ ਗਈ ਆ ਹੁਣ ਭੁੱਖ ਬੜੀ ਲੱਗੀ ਉਹ ਆ ਬਾਕੀ ਦੇਖਦੇ ਹਾਂ ਯਾਰ ਕਿਤੇ ਅੱਜ ਫ੍ਰੀ ਆ ਹੁਣ ਮੈਂ ਲਗਭਗ ਸਾਰਾ ਦਿਨ ਦੇਖਦੇ ਹਾਂ ਇੱਧਰ ਉੱਧਰ ਕਿਤੇ ਜਾਂਦੇ ਹਾਂ ਸਾਹਿਬ ਮੰਜਵੇ ਸਾਹਿਬ ਜਾਣ ਨੂੰ ਬੜੇ ਨਖਰੇ ਕਰਨੇ ਸੀ ਉਮਰ ਵਿੱਚ ਮੈਂ ਨਹੀਂ ਜਾਣਾ ਇੱਦਾਂ ਹੁੰਦਾ ਚਲੋ ਦੇਖਦੇ ਹਾਂ ਜੇ ਮੰਨਦੀ ਹੈ ਨਾ ਫਿਰ ਆਪਾਂ ਕਿਤੇ ਜਾਵਾਂਗੇ ਚਲੋ ਹੁਣ ਘਰ ਚੱਲਦੇ ਤੁਰਿਆ ਤਾਂ ਮੈਂ ਘਰ ਨਹੀਂ ਸੀਗਾ ਰਸਤੇ ਤੋਂ ਪਰ ਮੁੜਨਾ ਪੈ ਗਿਆ ਮੁੜਨਾ ਇਸ ਲਈ ਪੈ ਗਿਆ ਮੈਂ ਮਨਚੂਰੀਅਨ ਲੈਣ ਲੱਗ ਗਿਆ ਸੀਗਾ ਯਾਰ ਭੁੱਖ ਬੜੀ ਲੱਗੀ ਆ ਰੋਟੀ ਖਾਵਾਂਗੇ ਮਨਚੂਰੀਅਨ ਦੇ ਨਾਲ ਸਕੂਟੀ ਤੇ ਅੱਜ ਮੈਂ ਇਸ ਲਈ ਆਇਆ ਕਿਉਂਕਿ ਯਾਰ ਅੰਕਲ ਨੂੰ ਨਾ ਇੱਕ ਡਾਕੂਮੈਂਟ ਜ਼ਰੂਰੀ ਚਾਹੀਦਾ ਸੀ ਜਿਵੇਂ ਮੈਂ ਜਲਦੀ ਜਲਦੀ ਆ ਗਿਆ ਚਲੋ ਹੁਣ ਘਰ ਚੱਲਦੇ ਹਾਂ ਮੈਂ ਕਿਹਾ ਸੀ ਨਾ ਧੂੜ ਬੜੀ ਉੜਨ ਲੱਗ ਜਾਣੀ ਬਸ ਉਹੀ ਹਿਸਾਬ ਹੋਇਆ ਤੇ ਬੜੀ ਧੂੜ ਮਿੱਟੀ ਆ ਮੈਂ ਕਿਹਾ ਯਾਰ ਮੂਰੇ ਟਰਾਲੀ ਇਹਨੇ ਹੁਣ ਲੰਘਣ ਨਹੀਂ ਦੇਣਾ ਹੌਲੀ ਹੌਲੀ ਜਾਣਾ ਪੈਣਾ ਗੱਡੀ ਆ ਗਈ ਗੱਡੀ ਆਹ ਫੜੀ ਗੱਡੀ ਤੇ ਹੁਣ ਮੈਂ ਆ ਗਿਆ ਘਰੇ ਮਨਚੂਰੀਅਨ ਲੈਂਦਾ ਸਾਡੇ ਨਾਲ ਹੀ ਖੇਤ ਆ ਕੋਠੀ ਦੇ ਨਾਲ ਕੰਬਾਈਨ ਚੱਲਦੀ ਤੇ ਆਵਾਜ਼ ਇੰਨੀ ਆਉਂਦੀ ਨਾ ਕੈਮਰੇ 'ਚ ਨਹੀਂ ਪਤਾ ਲੱਗਣਾ ਆਵਾਜ਼ ਸੁਣਨੀ ਨਹੀਂ ਇੰਨੀ ਬੜੀ ਡਿਸਟਰਬੈਂਸ ਹੁੰਦੀ ਆ ਤੇ ਅੱਜ ਜਿਹੜੀ ਧੂੜ ਉੜਨੀ ਆ ਉਹ ਅਲੱਗ
चलो रोटी खाने हैं, फिर मिलते हैं। हाँ भी की होया? अच्छा ओ मैं कह रही हूं बुआ बंद कर दे बिजली पर। हैं की चोरी हो गई उधर? किथे? सिलेंडर के पता नहीं आटे भी लेके कट के 10000 रुपए भी लेके होने की कट के ले गए कांटे। अच्छा ये वाज तक कॉल लो तो 10 पानी हो गया। लेटेस्ट न्यूज़, चोरी हो गई पेंट। पेंट चोरी हो गई, बीबी कहनी हुई है कांटे भी ला के लगे 10000 रुपये भी लगे। बीबी ने पता नहीं कितों पता लग जाए। चलो यार रोटी खाइए। त्याह वाला सिस्टम साहिब ने स्टार्ट किया, जेड़ा जो भी लेके आंदा इत्थे रबड़ जड़ दिंदा ते फिर जदो लोड हुंदी इत्थों ला लईदी आ। जगाड़ ना हुण सिर्फ पंजाबीआं दे दिमाग उपर ही लेवल आ रही आ। चलो अमन चुनन पा दमा ਕਰਦਾ ਗਈ ਆ ਨਾ। ਖਾ ਲਈਏ ਖਾਣ ਦੋ ਰੋਟੀ ਹੁਣ। ਮੰਮੀ ਦਾ ਫੋਨ ਆ ਗਿਆ। ਮੰਮੀ ਇੱਥੋਂ ਬਾਹਰੋਂ ਹੀ ਫੋਨ ਕਰੀ ਜਾਂਦੇ ਕਿ ਸਿਲੰਡਰ ਲੈ ਜਾ, ਸਿਲੰਡਰ ਲੈ ਕੇ ਆਉਣਾ। ਹਾਂਜੀ ਲੈ ਜਾ, ਸਿਲੰਡਰ ਲਿਆਉਣ ਦੇ ਚੱਕਰ ਚ ਕੱਪੜੇ ਸਾਰੇ ਗੰਦੇ ਹੋ ਗਏ। ਕੁਛ ਚੱਕਿਆ ਇੱਦਾਂ ਜਾਂਦਾ ਨਾ ਯਾਰ। ਰੋਟੀ ਖਾਈ ਆ फिर गए सात अठ बारी गए रोटी खाई, रोटी खाई हूँ खाए लैनी यार। हूँ मम्मी का रिएक्शन देखियो स्वाद आ जाओ। चलो चलो यार हूँ खा लीए, पक्का खा लेना हूँ। अज मित्रों कलोला हो जानी मैं हूं ही अड्डे तो आया ही देख लो। हले हले रोटी खाधी आ। सारे ने कहना रोटी रोटी करी जाता अज। अंक जी का फोन आ गया कहते उसे बंदा खड़ा उसका काम करना। हम जल्दी जल्दी चलना यार, हम फिर स्कूटी लेके जानी पै रही है। चलो कोई नहीं बच दो। हां जी किदा सारे की करते हो? मैं तो सवेरे कहा मैं चल अज फ्री हाँ, अज आप कि जावे है ना कि प्लैन बनाने। पर फिर अचानक अंकल जी का फोन आ गया तो फिर मैंने इतने आना पाया। फिर मैं इतने रोक गया, मैं यार जे कि होर आ गया ना मैं फिर उदो भजना पैना। हूँ फिर मैं इतनी हाँ घरों भी मैं मंचूरियन जल्दी जल्दी रोटी खा के मंचूरियन करती। रोटी की गल रोटी की गल बहुत बारी करती फिर खा के मैं ना जल्दी जल्दी भजा इतने। बंदा इतने आ खड़ा सगा वह काम करना। तो हूँ बस मैं हूँ ही फ्री होया ही सगा हूँ मैं आ देखता ही। देखो किन किन देखे छोटे होंगे शौन का शीप बहुत घैंट है। कार्टून ही है बेसिकली ये जिदा ना सारे करैक्टर क्ले ना बनाए होंगे तो इदा सिस्टम आए कार्टून टाइप ही उदा का। बहुत घैंट है, बहुत फनी आ जरा जो देखता उन्होंने पता होना। बाकी देखते हैं हूँ यार कदों घर जा हूँ। मैं हो गया फ्री, घर में चला हूँ मैं यार। नींद जी अभी फिर आँदी है पता नहीं घर जाके सौ जाना। चलो देखते हैं चलिए घर। आ गया घरे, मेरे फोन की बैटरी ऑलमोस्ट डेड आ 8%। हूँ जाके इन्हू चार्ज लाव। चलो घरे मैं आ गया सीगा तो यार मेरा तो कुछ खाने मन नहीं करता। चाह रख लिता है शायद ने अमृत रस लिया हूँ रस दो चार चार नहीं दो खा लूँगा मन की तो खास भुख नहीं। मंचूरियन खा लिया सी ना उदो ना मेरा खा लिया तीन रोटियां ਉਹਦੇ ਕਰਕੇ ਫਿਰ ਟੈਲੀਆ ਭਰਿਆ। ਚਲੋ ਕਲਾਸ ਲੈ ਕੇ ਆਉਂਦੇ ਹਾਂ। ਪਹੁੰਚ ਗਿਆ ਆਪਾਂ ਦੁਕਾਨ ਤੇ, ਚਲੋ ਰਸ ਲੈਣੇ ਆ। ਰਸ ਲੈ ਲਏ ਮੈਂ ਸਾਹਿਬ ਲਈ ਤੇ ਮੈਂ ਆ ਲਏ ਆ। ਮੇਰਾ ਮਿੱਠਾ ਜਿਹਾ ਖਾਣ ਨੂੰ ਕਰਾ ਰਿਹਾ ਜਿਹਾ ਖਾਣ ਨੂੰ ਮਨ ਕਰਦਾ। ਹੁਣ ਸਾਹਿਬ ਨੇ ਕਹਿਣਾ ਹਾਂ ਕਾ ਨਹੀਂ ਲੈ ਆਉਂਦੇ ਨਾਲ, ਮੈਂ ਤਾਂ ਤੁਹਾਨੂੰ ਇਕੱਲੇ ਰਸ ਕਿਹਾ ਸੀ। ਹਮੇਸ਼ਾ ਇੱਦਾਂ ਕਰਦੇ ਯਾਰ, ਪੈਸੇ ਬੜੇ ਉਹ ਕਰਦੀ ਰਹਿੰਦੀ ਨਾ ਵਧੀਆ ਆਪਦਾ। चलो पहुंचे घर यार, चाह पीए आ खाइए जल्दी जल्दी। साहब रस ले आंदे का ले आंदे? हां जी ठीक आ। क्या ही नहीं यार अज यार आ वाले ना पूरे दे आ खा के देखो बड़े स्वाद। चाह आ गई अपनी, मैं आ वाली गिलास च पीना ना कोक वाली च और साहब दी मेरी आ नाल खावांगे चाह पीए। मैं ना हूँ रस लेके आया जो तीन रस बीबी दिते
चाह इत मैं लिया के रखी थी देखा साहिब चाह पीनी मैं चाह हले पीनी सी मैं रस देख लगा सारा ही रस खा लिया बंदा एक अद्धा तो रख दे देखा देखा जवान लाई जाती मतलब यही है ना कौन झूठ बोलता मैं ऐदा नहीं गया मैं क्या मैं चाह थोड़ी जी पीनी है कोई नी एक अद्धा रस खा ही लेंदा बंदा नींद बड़ी आई यार मैं एडिट हुणे ही कर लिया ब्लॉग फिर रात नूं टाइम बहुत हो जांदा पिछला ब्लॉग एडिट करन नूं भी 2:30 बज गए फिर सिर जिहा दुखदा रहिंदा पिछले हुणे ही कर लेना बस म्यूजिक लाउणा रह जाणा उह फिर आपां रात नूं कर लांगे घंटे दा काम आ बाकी चलो यार दुध लै के आउंदे आ हुण मैं आ गया दुध लैके सो हुण मैं कपड़े चेंज कर लिया मैं चला गुरुद्वारे एक्चुअली डैडी जी हले आए नहीं कल आए थे तो अब सवेरे ही चले गया हुण फिर मैनू ही जाना पैना बाकी यार मंचूरियन खादा हुआ ना होर तरह जो हो नफरत जी हो गई हुण मंचूरियन नहीं खाता कुछ है करना चलो ठीक है मैं जा रहा ना जाके फिर देखते हैं जब ब्लॉग की एंडिंग कर देंगे जो फिर कोई मूवमेंट होया तो शूट करके वही पा के एंडिंग कर देंगे है ना सारे ब्लॉग यार देखा करो बाकी चलो देखते हैं जो भी मैं घरों निकलता ना मेरे हाथ से फोन ही होंगे तो मैं इदा चक्या हों सारे मैं बड़ी अजीब जी नजर देते करी की जाता मंडी च भी मैं इदा लंघता जो भी मंडी को लंघता ना मैं इदा ही लंघता फोन लैके सारे देखते करी की जाता चलो मैं जाके उन्हें मेरे गुआढ़ी है भाजी तो उन्होंने रोज कहते अमृत आप सवेर ना 6 बजे दौड़न जाया करांगे मैं कहना हूं चलो भाजी ठीक है जाया करांगे पर फिर की हों पहला रात में एडिटिंग इन्ना टाइम लग जाता ना कल मैनू 2:30 बज गए उस तो बाद फिर 3:30 उठ के 4:15 मैं गुरुद्वारे आना हों फिर 5:30 इतों फ्री हूं उस तो बाद फिर शरीर च इन्नी यार ताकत बचती नहीं कि हूँ मैं दौड़न जा मैं आगे सौ जाता हूँ भी मैं कहते ही मैं उन्होंने दस दिया मैं भाजी इदा करके चक्कर आ हूँ देखते यार अपना एडिटिंग वाला टाइम एडजस्ट करके ना मैं सवेरे दौड़न जाया करा यार फायदा होगा है ना चलो ठीक है हम मैं पाठ कर लवा घर जाके थोड़ा गल करदा पाठ हुण हो गया हम आप चलते हैं घर नूं पता नहीं बिजली का कट क्यों लग गया गर्मी अंदर बहुत लगी सारा भिजा वैसे मैं पसीने ना चलो हम घर चलते हैं हाँ जी ये साडा अज दा ब्लॉग तुसीं सानूं जरूर दस्सिओ साडा ये ब्लॉग तुहानूं किवें लग्या चैनल ते नवें आ सबसक्राइब कर दो लाइक कर दो ते शेयर कर दिया करो शेयर वो करिया करो यार जिन्हां दा मन करदे शेयर करन नूं कोई धक्का नहीं गा बाकी इन्ना ही अज्ज दे ब्लॉग दे लई आपां मिलदे हां अगले ब्लॉग दे विच टाइम बहुत हो गया नींद भी आई आ थक भी हो गया ये ब्लॉग जिहड़ा मैं शूट करदा मैं इहदी एडिटिंग मैं लगभग कर ली आ एंडिंग बस उहदे विच ऐड करनी आ क्योंकि मैं कहा सीगा ना आपां थोड़ा टाइम नूं एडजस्ट करके एडिटिंग करन नूं बड़ा टाइम लग जांदा यार रात दे 2-2:30 भी वज जांदे आ इसने मैं जल्दी जल्दी कर लिया फिर भी 11 बज ही गए आ चलो ठीक है कोई गल नहीं मिलदे हां अगले ब्लॉग दे विच on my phone I saw you walking so I pulled up beside you to see if you needed a ride